ਉਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਹੋਰ ਠੀਕ ਠਾਕ ਸਾਰੇ ਜਣੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ, ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਆਪਣਾ ਟਰੱਕ ਦਾ ਵਲੋਗ ਆ, ਅਤੇ ਅੱਜ ਤੋਂ ਹੀ ਆਪਾਂ ਟਰੱਕ ਦੇ ਵਲੋਗ ਰੋਜ਼ ਬਣਾਇਆ ਕਰਨੇ ਆ, ਅਤੇ ਟਰਾਈ ਕਰਿਆ ਕਰੂੰਗਾ, ਰੋਜ਼ ਪਾਇਆ ਕਰੂੰਗਾ। ਅੱਜ ਮੈਂ ਸੀ ਪੀ ਦੇ ਵਿੱਚ ਹਾਂ, ਅੱਜ ਆਪਣਾ ਕੰਟੇਨਰ ਵਰਕ ਆ, ਅਤੇ ਸੀ ਪੀ ਦੇ ਵਿੱਚ ਸਾਰਾ ਹੀ ਕੰਟੇਨਰ ਵਰਕ ਹੁੰਦਾ, ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਆਪਣੇ ਮਗਰ ਆ ਕੰਟੇਨਰ ਖੜ੍ਹਾ, ਅਤੇ ਮੈਂ ਇਹਨੂੰ ਲੈ ਕੇ ਜਾਣਾ। ਕੈਨੇਡੀਅਨ ਟਾਇਰ ਦਾ ਕੰਟੇਨਰ ਆ ਇਹ, ਅਤੇ ਚਾਰ ਡਿਲੀਵਰੀ ਅੱਜ 5:30 ਵਜੇ ਮੈਂ ਪਹੁੰਚਣਾ ਜਿੱਥੇ ਡਿਲੀਵਰੀ ਆ। ਸੋ ਹੁਣ ਮੈਂ ਇਹਨੂੰ ਹੁੱਕ ਕਰਦਾ, ਸੀਲ ਲੱਗੀ ਪਈ ਆ ਇਹਦੇ, ਅਤੇ ਉੱਥੇ ਜਾ ਕੇ ਤੋੜਾਂਗੇ ਸੀਲ। ਸੋ ਆ ਜਾਓ ਆਪਾਂ ਕਰਦੇ ਸ਼ੁਰੂ ਕੰਮ, ਅਤੇ ਨਾਲੇ ਤੁਹਾਨੂੰ ਮੈਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਦੱਸਦਾ ਸੀ ਪੀ ਬਾਰੇ। ਸੋ ਆਹ ਕੰਟੇਨਰ ਆਪਣਾ, ਅਤੇ ਆਪਾਂ ਨੂੰ ਨੀਵਾਂ ਕਰਦਾ ਥੋੜ੍ਹਾ ਜਿਹਾ ਉੱਚਾ, ਉਦੋਂ ਬਾਅਦ ਟਰੱਕ ਨੂੰ ਹੁੱਕ ਕਰਾਂਗੇ ਇਹਦੇ ਨਾਲ। ਆਹ ਨੀਵਾਂ ਕਰੀਏ ਇਹਨੂੰ। ਮਿੱਤਰੋ ਟ੍ਰੇਲਰ ਆਪਾਂ ਹੁੱਕ ਕਰ ਲਿਆ, ਅਤੇ ਹੁਣ ਆਪਾਂ ਇਹਦੀ ਇੰਸਪੈਕਸ਼ਨ ਕਰਦੇ ਹਾਂ। ਸੋ ਜਿਹੜਾ ਕੰਟੇਨਰ ਵਾਲਾ ਕੰਮ ਹੁੰਦਾ ਨਾ, ਇਹ 'ਚ ਇੱਕ ਸਭ ਤੋਂ ਮੇਨ ਚੀਜ਼ ਦੇਖਣ ਵਾਲੀ ਹੁੰਦੀ ਹੈ ਨਾ ਟ੍ਰੇਲਰ ਦੀ, ਉਹ ਹੁੰਦੀ ਹੈ ਚੈਸੀ ਨੂੰ ਲੌਕ, ਵੀ ਜਿਹੜਾ ਉੱਤੇ ਕੰਟੇਨਰ ਰੱਖਿਆ ਚੈਸੀ ਨੂੰ ਲੌਕ ਹੈ ਕਿ ਨਹੀਂ। ਆ ਜਾਓ ਮੈਂ ਤੁਹਾਨੂੰ ਵਿਖਾਉਣਾ ਉਹ ਚੀਜ਼। ਆਹ ਥੱਲੇ ਚੈਸੀ ਆ, ਅਤੇ ਆ ਜਾ ਲੌਕ ਆ। ਹੁਣ ਜੇ ਇਹਨੂੰ ਅਨਲੌਕ ਕਰਨਾ, ਜਿਹੜੀ ਆਹ ਚੀਜ਼ ਆ, ਤਾਂ ਨੂੰ ਚੱਕੋਗੇ ਨਾ, ਇਹਨੂੰ ਘੁਮਾਉਂਗੇ, ਅਤੇ ਅਨਲੌਕ ਹੋ ਗਈ। ਆਹ ਚੀਜ਼ ਆਪਾਂ ਵੇਖਣੀ ਹੁੰਦੀ ਹੈ ਤੁਰਨ ਤੋਂ ਪਹਿਲਾਂ, ਵੀ ਇਹ ਲੌਕ ਹੈ ਕਿ ਨਹੀਂ। ਸੋ ਇਹ ਲੌਕ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਲੌਕ ਕਿਵੇਂ ਕਰਨੀ? ਜਿਵੇਂ ਆਹ ਹੁਣ ਅਨਲੌਕ ਹੈ ਨਾ, ਇਹਦੇ ਨਾਲ ਤਾਂ ਨੂੰ ਚੱਕਣਾ, ਇਹਨੂੰ ਗਾਂਹ ਨੂੰ ਕਰ ਦਿਉ। ਸੋ ਉਹ ਚੀਜ਼ ਘੁੰਮ ਜਾਂਦੀ ਆ, ਅਤੇ ਚੈਸੀ ਲੌਕ ਹੋ ਜਾਂਦੀ ਆ। ਮੈਂ ਤੁਹਾਨੂੰ ਇਹਦੀ ਇੱਕ ਚੀਜ਼ ਹੋਰ ਦੱਸਦਾ, ਜੇ ਤੁਸੀਂ ਇਹਨੂੰ ਲੌਕ ਨਾ ਕਰੋਗੇ ਤਾਂ ਤੁਹਾਡਾ ਜਿਹੜਾ ਕੰਟੇਨਰ ਹੋਊਗਾ, ਇਹ ਮੂਧਾ ਵੱਜਣਾ ਚੈਸੀ ਦੇ ਉੱਤੋਂ ਦੀ, ਅਤੇ ਤੁਰੇ ਜਾਂਦੇ ਤਾਂ ਬਹੁਤ ਜ਼ਿਆਦਾ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਇਹ ਚੀਜ਼। ਸੋ ਆਲਵੇਜ਼ ਜਦੋਂ ਵੀ ਤੁਸੀਂ ਕੰਟੇਨਰ ਦਾ ਕੋਈ ਵੀ ਕੰਮ ਕਰਨਾ ਨਾ, ਤਾਂ ਤੁਸੀਂ ਇਹ ਚੀਜ਼ ਮੇਕ ਸ਼ੋਰ ਕਰ ਲੈਣੀ ਹੈ ਵੀ ਤੁਸੀਂ ਚੈਸੀ ਨੂੰ ਲੌਕ ਲਾਇਆ ਕਿ ਨਹੀਂ, ਕਿਉਂਕਿ ਬਹੁਤ ਬਲੰਟ ਮਿਸਟੇਕ ਹੈ ਇਹ। ਆਹ ਦੇਖੋ ਇੱਧਰ ਵੀ ਆਹ ਲੌਕ ਆ। ਹੁਣ ਜਿਵੇਂ ਇਹਦੇ ਮਗਰਲੇ ਲੌਕ ਵੇਖੇ ਨਾ ਆਪਾਂ, ਉਵੇਂ ਆਪਾਂ ਇਹਦੇ ਮੂਹਰਲੇ ਲੌਕ ਵੇਖ ਰਹੇ ਹਾਂ, ਮੂਹਰੇ ਵੀ ਲੌਕ ਲੱਗੇ ਹੁੰਦੇ ਆ। ਆਜੋ ਵੀ ਹੋਣਾ ਤੁਹਾਨੂੰ ਮੈਂ, ਆਹ ਦੇਖ ਸਕਦੇ ਤੁਸੀਂ ਆਹ ਲੌਕ ਆ। ਹੁਣ ਜੇ ਆਪਾਂ ਨੂੰ ਐਂ ਚੱਕਦਾਂਗੇ ਨਾ, ਇਹਨੂੰ ਮਗਰ ਨੂੰ ਕਰਦਾਂਗੇ ਆਹ ਚੀਜ਼ ਨੂੰ, ਆਹ ਚੀਜ਼ ਦੇਖਦੇ ਜਿਹੜੀ ਆਹ ਲੰਮੀ ਜੀ, ਇਹ ਅੰਦਰ ਨੂੰ ਜਾ ਉੜੂਗੀ ਅਤੇ ਆਹ ਲੌਕ ਖੁੱਲ੍ਹ ਜੂਗਾ। ਹੁਣ ਇਹ ਲੌਕ ਆ, ਆਹੀ ਚੀਜ਼ ਆਪਾਂ ਇਹਦੀ ਦੂਜੇ ਪਾਸੇ ਦੇਖਦੇ ਹਾਂ। ਆਜੋ ਤੁਹਾਨੂੰ ਵਿਖਾਉਣਾ ਮੈਂ। ਹੁਣ ਇੱਧਰ ਲੌਕ ਆ, ਕਈ ਥੱਲੋਂ ਵੇਖ ਲਓ, ਆਹ ਦੇਖੋ ਆਹ ਲੌਕ ਆ। ਹੁਣ ਜਿਹੜਾ ਆਹ ਕੰਟੇਨਰ ਆ, ਇਹ ਪੂਰਾ ਸੇਫ ਆ, ਵੀ ਇਹ ਟਰਨ ਟਰਨ ਮਾਰੇ ਤਾਂ ਡਿੱਗੂਗਾ ਨਹੀਂ ਜਮੀ। ਇੰਸਪੈਕਸ਼ਨ ਆਪਾਂ ਕਰ ਲਈ ਆ, ਅਤੇ ਜਿਹੜੀ ਆ ਟੋਪੀ ਹੁੰਦੀ ਆ, ਐਨਕਾਂ ਹੁੰਦੀਆਂ, ਅਤੇ ਸੇਫਟੀ ਸ਼ੂ ਹੁੰਦੇ, ਸੇਫਟੀ ਵੈਸਟ ਹੁੰਦੇ ਆ, ਸੀ ਪੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਤੁਸੀਂ ਆਹ ਨਾ ਪਾਓਗੇ ਤਾਂ ਤੁਹਾਨੂੰ ਬੈਨ ਕਰ ਦੇਣਗੇ। ਬਾਕੀ ਮੈਂ ਲੋਅ ਬੱਕ ਵਗੈਰਾ ਬਣਾ ਲਾ, ਮੈਂ ਥੋੜ੍ਹਾ ਲੇਟ ਆ, ਮੈਂ ਤੁਰਦਾ, ਫਿਰ ਆਪਾਂ ਬਾਕੀ ਗੱਲਾਂ ਡਿਲੀਵਰੀ ਪਹਿਲੀ ਡਿਲੀਵਰੀ 'ਤੇ ਜਾ ਕੇ ਕਰਦੇ। ਲੋ ਵੀ ਮਿੱਤਰੋ ਆਪਣਾ, ਉਦੋਂ ਮੈਂ ਡਿਲੀਵਰੀਆਂ ਕਰਤੀਆਂ ਸੀਗੀਆਂ, ਸੋ ਮੈਂ ਬਹੁਤ ਜ਼ਿਆਦਾ ਬਿਜ਼ੀ ਸੀਗਾ, ਮੇਰੀਆਂ 4 ਡਿਲੀਵਰੀਆਂ ਸੀਗੀਆਂ, ਅਤੇ ਮੈਂ ਬਹੁਤ ਜ਼ਿਆਦਾ ਥੱਕ ਗਿਆ ਸੀ, ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ। ਅਤੇ ਮੈਨੂੰ ਇੱਕ ਕੁਐਸਚਨ ਆਇਆ ਸੀਗਾ ਵੀ ਜਿਹੜਾ ਓਨਰ ਓਪਰੇਟਰ ਹੁੰਦਾ ਉਹ ਕਿੰਨੇ ਕੁ ਪੈਸੇ ਬਣਾ ਲੈਂਦਾ, ਅਤੇ ਮੈਨੂੰ ਆਲਮੋਸਟ 3 ਮਹੀਨੇ ਹੋ ਗਏ ਓਨਰ ਓਪਰੇਟਰ ਬਣੇ ਨੂੰ। ਜਿਹੜਾ ਜਿਹੜਾ ਕਿ ਮੈਨੂੰ ਫਰਕ ਲੱਗਿਆ ਡਰਾਈਵਰੀ ਅਤੇ ਓਨਰ ਓਪਰੇਟਰ ਦੇ ਵਿੱਚ, ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦੂੰਗਾ ਵੀ ਕਿੰਨਾ ਕੁ ਫਰਕ ਹੁੰਦਾ। ਅਤੇ ਜਿਹੜੇ ਮੇਰੇ ਭਾਈਆਂ ਨੂੰ ਨਹੀਂ ਪਤਾ ਵੀ ਓਨਰ ਓਪਰੇਟਰ ਕਿਹਨੂੰ ਕਹਿੰਦੇ ਕੈਨੇਡਾ ਦੇ ਵਿੱਚ, ਓਨਰ ਓਪਰੇਟਰ ਜਿਨ੍ਹਾਂ ਦਾ ਆਪਦਾ ਟਰੱਕ ਹੁੰਦਾ ਉਹਨਾਂ ਨੂੰ ਓਨਰ ਓਪਰੇਟਰ ਕਹਿ ਦਿੰਦੇ ਆ। ਅਤੇ ਰਹੀ ਗੱਲ ਫਰਕ ਦੀ, ਤਾਂ ਫਰਕ ਤਾਂ ਜ਼ਰੂਰ ਹੈਗਾ ਜੀ ਡਰਾਈਵਰੀ ਕਰਨ ਦੇ ਵਿੱਚ ਅਤੇ ਓਨਰ ਓਪਰੇਟਰ ਕਰਨ ਦੇ ਵਿੱਚ। ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਪੈਸੇ ਦੀਆਂ, ਵੀ ਪੈਸੇ ਵੱਧ ਬਣਦੇ ਕਿ ਨਹੀਂ ਬਣਦੇ, ਇੱਕ ਕਿਸਮਤ ਵੀ ਹੁੰਦੀ ਹੈ ਬੰਦੇ ਦੀ ਵੀ ਕਿਸੇ ਨੂੰ ਵੱਧ ਬਣਦੇ ਕਿਸੇ ਨੂੰ ਘੱਟ ਬਣਦੇ ਆ। ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ, ਆਪਾਂ ਟਰੱਕ ਲੈ ਲੈਂਦੇ ਹਾਂ ਅਤੇ ਜੇ ਆਪਾਂ ਪੈਸੇ ਬਣਾਈ ਜਾਂਦੇ ਹਾਂ ਅਤੇ ਆਪਣੇ ਟਰੱਕ 'ਤੇ ਬਹੁਤ ਜ਼ਿਆਦਾ ਪੈਸੇ ਖਾ ਜਾਂਦਾ ਆਪਣੇ। ਸੋ ਕਈ ਵਾਰੀ ਤਾਂ ਬੰਦੇ ਨੂੰ ਡਰਾਈਵਰੀ ਵੀ ਨਹੀਂ ਪੱਲੇ ਪੈਂਦੀ ਘੱਟ ਘਟਾ ਕੇ, ਵੀ ਪੈਸੇ ਟਰੱਕ ਦੀ ਰਿਪੇਅਰ 'ਤੇ ਇੱਥੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ। ਕਈ ਵਾਰੀ ਬੰਦੇ ਦਾ ਟਰੱਕ ਸਹੀ ਨਹੀਂ ਨਿਕਲਦਾ ਜਿਹੜਾ ਲੈਂਦਾ, ਤਾਂ ਫਿਰ ਉਹ ਟਰੱਕ ਹੀ ਖਰਚਾ ਕਰਾਈ ਜਾਂਦਾ ਬੰਦੇ ਦਾ। ਅਤੇ ਇਸ ਚੀਜ਼ ਨੂੰ ਵੀ ਮੈਂ ਕਲੀਅਰ ਅਪ ਕਰੂੰਗਾ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਪੈਸਿਆਂ ਦੀ, ਜਦੋਂ ਬੰਦਾ ਡਰਾਈਵਰ ਹੁੰਦਾ ਨਾ ਤਾਂ ਉਹਦੀ ਜਿਹੜੀ ਪੇ ਹੁੰਦੀ ਆ ਵੇਰੀ ਕਰਦੀ ਆ 4,000 ਤੋਂ ਲੈ ਕੇ $5,500 ਤੱਕ ਜਾਂ 6,000, ਅਤੇ 6,000 ਵੀ ਉਦੋਂ ਪਹੁੰਚਦੀ ਆ ਜਦੋਂ ਤੁਸੀਂ ਘੰਟੇ ਵੱਧ ਲਾਉਣੇ ਹੋ, ਆਵਰ ਵੱਧ ਲਾਉਣੇ ਹੋ, ਕੰਮ 'ਤੇ ਜ਼ਿਆਦਾ ਰਹਿੰਦੇ ਹੋ, ਫਿਰ ਜਾ ਕੇ ਤੁਹਾਨੂੰ ਡਰਾਈਵਰੀ ਦੇ ਵਿੱਚ $6,000 ਬਣਦਾ।
ਸੋ ਇਹ ਨੋਰਮਲ ਜੀ ਗੱਲ ਆ 6,000 ਤੱਕ ਤਾਂ ਕਈ ਲੋਕ ਜਿਹੜੇ ਹੈਗੇ ਆ ਕਈ ਡਰਾਈਵਰ ਜਿਹੜੇ ਹੈਗੇ ਆ $7,000 ਵੀ ਬਣਾ ਰਹੇ ਆ ਅਤੇ ਪਰ ਉਹ ਮਿਹਨਤ ਬਹੁਤ ਜ਼ਿਆਦਾ ਕਰਦੇ ਆ ਪਰ ਜੇ ਆਪਾਂ ਲੀਗਲ ਘੰਟਿਆਂ ਦੀ ਗੱਲ ਕਰੀਏ ਲੀਗਲ ਕੰਮ ਦੀ ਗੱਲ ਕਰੀਏ 5 ਦਿਨ ਕੰਮ ਦੀ ਗੱਲ ਕਰੀਏ ਤਾਂ $4,000 4,000 ਤੋਂ $4,500 ਤੁਹਾਨੂੰ ਮਹੀਨੇ ਦਾ ਬਣਦਾ ਐਜ਼ ਆ ਡਰਾਈਵਰ ਅਤੇ ਹੁਣ ਮੈਂ ਗੱਲ ਕਰਦਾ ਤੁਹਾਡੇ ਨਾਲ ਓਨਰ ਓਪਰੇਟਰ ਦੀ ਜਿਹਦਾ ਆਪਦਾ ਟਰੱਕ ਹੁੰਦਾ ਲੀਗਲੀ 5 ਦਿਨ ਕੰਮ ਕਰਕੇ ਉਹਨੂੰ ਕਿੰਨੇ ਕੁ ਪੈਸੇ ਬਣਦੇ ਆ ਅਤੇ ਜਿਹੜੇ ਇਹ ਪੈਸੇ ਹੁੰਦੇ ਆ ਇਹ ਕੰਪਨੀਆਂ 'ਤੇ ਵੀ ਵੈਰੀ ਕਰਦਾ ਵੀ ਤੁਸੀਂ ਕਿਸ ਕੰਪਨੀ ਦੇ ਵਿੱਚ ਟਰੱਕ ਪਾਇਆ ਅਤੇ ਕਿਹੜੀ ਕੰਪਨੀ ਦੇ ਅੰਡਰ ਤੁਸੀਂ ਕੰਮ ਕਰ ਰਹੇ ਹੋ ਉਹ ਤੁਹਾਨੂੰ ਲੋਡਾਂ ਦੇ ਰੇਟ ਕਿਵੇਂ ਦਿੰਦੀ ਆ ਮੰਨ ਲਓ ਵੀ ਇੱਥੋਂ ਮੈਂ ਬ੍ਰੈਂਪਟਨ ਤੋਂ ਮੋਂਟਰੀਅਲ ਜਾਣਾ ਉਹ ਲੋਡ ਦਾ ਰੇਟ ਹੈਗਾ $800 ਜਾਂ $900 ਜਿੰਨਾ ਵੀ ਰੇਟ ਆ ਤਾਂ 400 ਮੇਰਾ ਤੇਲ ਲੱਗ ਜਾਣਾ ਆਉਣ ਜਾਣ ਦਾ ਸੋ ਜਿਹੜੀ ਪਿੱਛੇ ਜਿਹੜੀ ਬੱਚਤ ਹੋਊਗੀ ਉਹ ਮੈਨੂੰ ਮੇਰੀ ਜੇਬ 'ਚ ਪੈਣਗੇ ਮੰਨ ਲਓ ਵੀ $1,000 ਦਾ ਗੇੜਾ 400 ਤੇਲ ਖਾਊਗਾ ਅਤੇ ਉਹਦੇ 'ਚ ਮੈਨੂੰ $600 ਮੰਨ ਲਓ ਬਚ ਗਿਆ ਇਹ ਮੈਂ ਉਹੀ ਕਹਿ ਰਿਹਾ ਇੱਕ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਵੀ $1,000 ਦਾ ਗੇੜਾ ਲੰਮਾ ਗੇੜਾ ਥੋੜ੍ਹਾ ਜਿਹਾ 12 ਘੰਟਿਆਂ ਦਾ 12-13 ਘੰਟਿਆਂ ਦਾ ਕੰਮ ਆਉਣ ਜਾਣ ਵਾਪਸੀ $1,000 ਦਾ ਗੇੜਾ ਅਤੇ 400 ਦਾ ਤੇਲ ਖਾ ਗਿਆ ਟਰੱਕ ਅਤੇ 600 ਤੁਹਾਡੀ ਜੇਬ 'ਚ ਪੈ ਗਿਆ ਜਾਂ 500 ਦਾ ਤੇਲ ਖਾ ਗਿਆ 500 ਤੁਹਾਡੀ ਜੇਬ 'ਚ ਪੈ ਗਿਆ ਸੋ ਐਂ ਇੱਕ ਦਿਨ ਦੇ ਵਿੱਚ ਤੁਹਾਨੂੰ $500 ਬਣ ਗਿਆ ਹੁਣ ਜੇ ਤੁਸੀਂ 20 ਦਿਨ ਕੈਲਕੂਲੇਟ ਕਰੋਗੇ ਉਹਦੇ ਨਾਲ ਤਾਂ ਤੁਹਾਡਾ ਆਲਮੋਸਟ $10,000 ਹੋ ਗਿਆ ਉੱਕਾ ਬੁੱਕਾ ਹੁਣ ਇਹ ਜਿਹੜੀ ਚੀਜ਼ ਆ ਨਾ ਇਹ ਹੁਣ ਲੋਡਾਂ 'ਤੇ ਗੱਲ ਆ ਜਾਂਦੀ ਹੈ ਵੀ ਲੋਡ ਕਿੱਦਾਂ ਦੇ ਆ ਅਤੇ ਤੁਸੀਂ ਕਿਹੜੇ ਪਾਸੇ ਕੰਮ ਕਰ ਰਹੇ ਹੋ ਤੁਸੀਂ ਕਿੱਧਰ ਨੂੰ ਜਾਂਦੇ ਹੋ ਅਤੇ ਜਿਹੜੀ ਮੇਨ ਚੀਜ਼ ਹੁੰਦੀ ਹੈ ਨਾ ਕੰਪਨੀ ਹੁੰਦੀ ਹੈ ਵੀ ਕਿਸ ਕੰਪਨੀ ਦੇ ਵਿੱਚ ਤੁਸੀਂ ਟਰੱਕ ਪਾਇਆ ਕਿਉਂਕਿ ਕਈ ਕੰਪਨੀਆਂ ਲੋਡਾਂ ਦੇ ਰੇਟ ਇੰਨੇ ਵਧੀਆ ਨਹੀਂ ਦਿੰਦੀਆਂ ਪਰ ਜਿਹੜੀਆਂ ਕਈ ਕੰਪਨੀਆਂ ਹੁੰਦੀਆਂ ਬਹੁਤ ਵਧੀਆ ਰੇਟ ਹੁੰਦੇ ਆ ਕਈ ਕੰਪਨੀਆਂ ਦੇ ਅਤੇ ਉਹ ਪੈਸੇ ਵੀ ਫਿਰ ਸੋਹਣੇ ਬਣਦੇ ਉਸ ਚੀਜ਼ ਦੇ ਵਿੱਚ ਜੇ ਨੋਰਮਲ ਗੱਲ ਕਰੀਏ ਤਾਂ ਇੱਕ ਓਨਰ ਓਪਰੇਟਰ 5 ਦਿਨ ਕੰਮ ਕਰਕੇ $7,000-$8,000 ਦੇ ਵਿੱਚ ਪੈਸੇ ਕਮਾ ਲੈਂਦਾ ਅਤੇ ਜਿਹੜੀ ਉਹਦੀ ਸ਼ਿਫਟ ਹੋਊਗੀ ਉਹ 10-12 ਘੰਟੇ ਦੇ ਵਿੱਚ ਮੈਟਰ ਕਰੂਗੀ 10 ਘੰਟੇ ਤੋਂ 12 ਘੰਟੇ ਹੈ ਨਾ ਅਤੇ ਕਈ ਵਾਰੀ 8 ਘੰਟੇ ਜਾਂ ਕਈ ਵਾਰੀ 9 ਘੰਟੇ ਸੋ ਐਵਰੇਜ ਓਨਰ ਓਪਰੇਟਰ ਨੂੰ ਬਾਹਲਾ ਕੰਮ ਨਹੀਂ ਹਿਸਾਬ ਜਿਹਦਾ ਕੰਮ ਸਰਦਾਰੀ ਕੰਮ ਜਿਹਨੂੰ ਕਹਿ ਦਿੰਦੇ ਆਪਾਂ ਵੀ ਸਰਦਾਰੀ ਕੰਮ ਜਾਂ ਕਰਕੇ ਤੁਹਾਨੂੰ $8,000-7,500-$8,000 ਬਚੀ ਜਾਊਗਾ ਹੁਣ ਜਦੋਂ ਆਪਾਂ ਡਰਾਈਵਰੀ ਕਰਦੇ ਹਾਂ ਆਪਾਂ ਨੂੰ $4,000-4,500 ਉਹਦੇ 'ਚ ਜਿਵੇਂ ਲੀਗਲੀ ਕੰਮ ਕਰਕੇ ਬਾਹਲੇ ਘੰਟੇ ਨਹੀਂ ਲਾਉਣੇ 5 ਦਿਨ ਹੀ ਕੰਮ ਕਰਨਾ ਅਤੇ 2 ਦਿਨ ਤੁਸੀਂ ਫ੍ਰੀ ਰਹਿਣਾ ਉਵੇਂ ਤੁਹਾਨੂੰ ਆਪਣਾ $4,000-4,500 ਬਣੂਗਾ ਅਤੇ ਜੇ ਤੁਸੀਂ ਉੱਧਰ ਘੰਟੇ ਵਧਾ ਦੋਗੇ ਤਾਂ ਉਹੀ ਤੁਹਾਡੇ 6,000 ਬਣੂਗਾ ਜੇ ਤੁਸੀਂ ਦਿਨ ਵੱਧ ਕੰਮ ਕਰੋਗੇ ਸੇਮ ਚੀਜ਼ ਇੱਧਰ ਆ ਜੇ ਤੁਸੀਂ ਇੱਧਰ ਦਿਨ ਵੱਧ ਕੰਮ ਕਰੋਗੇ ਉਹੀ ਤੁਹਾਡੇ ਪੈਸੇ ਵੱਧ ਜਾਣਗੇ ਜਦੋਂ ਬੰਦਾ ਡਰਾਈਵਰੀ ਕਰਦਾ ਨਾ ਉਹਦੀ ਰਿਪੇਅਰ ਹੁੰਦੀ ਹੈ ਉਹ ਜਿਹਦਾ ਟਰੱਕ ਹੁੰਦਾ ਉਹ ਰਿਪੇਅਰ ਕਰਾਉਂਦਾ ਟਰੱਕ ਦੀ ਅਤੇ ਜਿਹੜਾ ਡਰਾਈਵਰ ਹੁੰਦਾ ਉਹ ਰਿਪੇਅਰ ਨਹੀਂ ਕਰਾਉਂਦਾ ਸੋ ਉਹਨੇ ਜਿੰਨਾ ਕੰਮ ਕੀਤਾ ਜਿੰਨੇ ਉਹਨੇ ਆਵਰ ਲਾਏ ਆ ਉਹਨੂੰ ਪੈਸੇ ਉਹਦੀ ਜੇਬ 'ਚ ਮਿਲ ਜਾਣੇ ਅਤੇ ਜਦੋਂ ਤੁਹਾਡਾ ਆਪਦਾ ਟਰੱਕ ਹੁੰਦਾ ਅਤੇ ਇਹ ਤਾਂ ਓਬਵੀਅਸਲੀ ਗੱਲ ਆ ਵੀ ਤੁਹਾਨੂੰ ਰਿਪੇਅਰ ਕਰਾਉਣੀ ਪੈਣੀ ਹੈ ਅਤੇ ਜੇ ਆਪਾਂ ਰਿਪੇਅਰ ਦੀ ਗੱਲ ਕਰਦੇ ਹਾਂ ਤਾਂ ਟਰੱਕਾਂ ਦੀ ਇੱਥੇ ਰਿਪੇਅਰ ਬਹੁਤ ਜ਼ਿਆਦਾ ਮਹਿੰਗੀ ਆ ਜੇ ਕੋਈ ਫੋਲਟ ਵੀ ਪੈ ਜਾਂਦਾ ਤਾਂ $1,300-1,400 ਤੋਂ ਹੀ ਲੱਗ ਜਾਂਦਾ ਮਾੜਾ ਮੋਟਾ ਮਾੜੀ ਮੋਟੀ ਖੇਡ ਆ $1,300-1,400 ਤਾਂ ਹੀ ਲੱਗ ਹੀ ਜਾਂਦੇ ਬਣਾ ਹੀ ਲੈਂਦੇ ਜੇ ਆਪਾਂ ਇੱਕ ਵਾਰੀ ਮਕੈਨਿਕ ਦੇ ਠੱਲ ਵੀ ਲੈਂਦੇ ਨਾ ਤਾਂ $1,300-1,400 ਆਰਾਮ ਨਾਲ ਬਣ ਜਾਂਦਾ ਕਿਉਂਕਿ ਕੈਨੇਡਾ ਦੇ ਵਿੱਚ ਲੇਬਰ ਬਹੁਤ ਮਹਿੰਗੀ ਆ ਕਈ ਟਰੱਕਾਂ ਦੇ ਪਾਰਟ ਸਸਤੇ ਹੁੰਦੇ ਆ ਅਤੇ ਲੇਬਰ ਕਰਕੇ ਉਹ ਬਿੱਲ ਜ਼ਿਆਦਾ ਬਣ ਜਾਂਦਾ ਤਾਂ ਮੰਨ ਲਓ ਮੈਂ ਕੰਮ ਸਟਾਰਟ ਕੀਤਾ ਅਤੇ ਮੈਂ ਟਰੱਕ ਚਲਾਇਆ ਮੈਂ ਕੰਮ ਕੀਤਾ $8,000 ਦਾ ਅਤੇ ਮੇਰੇ ਟਰੱਕ ਦੀ ਰਿਪੇਅਰ ਆ ਗਈ $6,000 ਤਾਂ ਮੈਨੂੰ ਤਾਂ $2,000 ਹੀ ਬਚਿਆ ਮਹੀਨੇ ਦਾ ਅਤੇ ਪਰ ਉਦੋਂ ਕੀ ਹੁੰਦਾ ਜਦੋਂ ਆਪਾਂ ਕਦੇ ਵੀ ਕੋਈ ਵੀ ਟਰੱਕ ਲੈਂਦੇ ਨਾ ਇਹ ਮੈਂ ਸੈਕਿੰਡ ਹੈਂਡ ਟਰੱਕ ਦੀ ਗੱਲ ਕਰ ਰਿਹਾ ਜੇ ਤੁਸੀਂ ਬ੍ਰੈਂਡ ਨਿਊ ਟਰੱਕ ਲਉਂਗੇ ਨਾ ਉਹਦੀ ਹੋਰ ਸਟੋਰੀ ਉਹ ਵੀ ਮੈਂ ਤੁਹਾਨੂੰ ਦੱਸਦਾ ਇਹ ਮੈਂ ਪਹਿਲਾਂ ਸੈਕਿੰਡ ਹੈਂਡ ਟਰੱਕ ਦੀ ਸਟੋਰੀ ਦੱਸ ਰਿਹਾ ਤੁਹਾਨੂੰ ਮੈਂ ਜਦੋਂ ਆਪਾਂ ਕੋਈ ਵੀ ਟਰੱਕ ਲੈਂਦੇ ਹਾਂ ਤਾਂ ਟਰੱਕ ਸਟਾਰਟਿੰਗ ਦੇ ਵਿੱਚ ਤੁਹਾਡੇ ਪੈਸੇ ਲਵਾਉਂਦਾ ਹੀ ਆ ਸਟਾਰਟਿੰਗ ਦੇ ਵਿੱਚ ਆਪਾਂ ਰਿਪੇਅਰ ਰਿਪੂਰ ਕਰਾਉਣੇ ਆ ਮਾੜੇ ਮੋਟੇ ਜਿਹੜੇ ਕੰਮ ਹੋਣ ਵਾਲੇ ਹੁੰਦੇ ਆ ਉਹ ਆਪਾਂ ਕਰਾਉਣੇ ਆ ਸੋ ਕਦੇ ਵੀ ਜੇ ਤੁਸੀਂ ਟਰੱਕ ਲਉਂਗੇ ਤਾਂ ਤੁਸੀਂ ਆਪਦਾ $6,000-7,000 ਪਾਸੇ ਰੱਖ ਕੇ ਚੱਲੋ ਵੀ ਤੁਸੀਂ ਇਸ ਟਰੱਕ ਦੇ ਉੱਤੇ ਲਾਉਣਾ ਹੀ ਆ ਅਤੇ ਜਿਵੇਂ ਜਿਵੇਂ ਆਪਾਂ ਟਰੱਕ 'ਤੇ ਪੈਸੇ ਲਾਈ ਜਾਂਦੇ ਨਾ ਉਹ ਟਰੱਕ ਆਪਣਾ ਨਵੇਂ ਵਾਂਗੂ ਹੀ ਬਣਦਾ ਜਾਂਦਾ ਅਤੇ ਵੀ ਮਸ਼ੀਨ ਵਧੀਆ ਹੁੰਦੀ ਜਾਂਦੀ ਆ ਅਤੇ ਜੇ ਹੁਣ ਆਪਾਂ ਐਂ ਸੋਚਾਂਗੇ ਵੀ ਆਪਾਂ ਕੰਮ ਤਾਂ 8,000 ਦਾ ਕੀਤਾ ਸੀ ਅਤੇ 6,000 ਮੇਰੇ ਲੱਗ ਗਏ ਆ 5,000 ਮਕੈਨਿਕ ਦੇ ਲੱਗਦੇ ਆ 4,000 ਲੱਗ ਗਏ ਵੀ ਉੱਥੇ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਕੋਈ ਵੀ ਟਰੱਕ ਜਾਂ ਕੋਈ ਵੀ ਮਸ਼ੀਨਰੀ ਹੁੰਦੀ ਜੇ ਨਵੇਂ ਥਾਂ 'ਤੇ ਜਾਂਦੀ ਹੈ ਤਾਂ ਉਦੋਂ ਮਾੜੇ ਮੋਟੇ ਪੈਸੇ ਲੱਗਦੇ ਹੁੰਦੇ ਆ ਪਰ ਕਈ ਵਾਰੀ ਕੀ ਹੁੰਦਾ ਨਾ ਕਈ ਟਰੱਕ ਨਹੀਂ ਸਹੀ ਨਿਕਲਦੇ ਹੈ ਨਾ ਉਹ ਕਿਸਮਤ ਹੁੰਦੀ ਆ ਆਪੋ ਆਪਣੀ
ਤੇ ਉਹ ਟਰੱਕ ਪੈਸੇ ਹੀ ਖਰਚੇ ਕਰਾਈ ਜਾਂਦਾ ਖਰਚੀ ਕਰਾਈ ਜਾਂਦਾ ਤੇ ਜਿੰਨਾ ਬੰਦਾ ਕੰਮ ਕਰਦਾ ਉਨੇ ਟਰੱਕ ਦੇ ਉੱਤੇ ਲਾਈ ਜਾਂਦਾ ਸੋ ਇੱਥੇ ਮਾਰ ਪੈਂਦੀ ਹੈ ਕਈ ਵਾਰੀ ਪਰ ਮੋਸਟਲੀ ਇੱਦਾਂ ਨਹੀਂ ਹੁੰਦਾ ਇਹ ਕਈ ਵਾਰੀ ਹੈ ਨਾ ਕਈ ਵਾਰੀ ਕੇਸ ਹੁੰਦੇ ਆ ਅਤੇ ਬਸ ਜੇ ਤੁਸੀਂ ਮੰਨ ਕੇ ਚੱਲੋ ਨਾ ਜੇ ਤੁਸੀਂ $8,000 ਬਣਾ ਰਹੇ ਹੋ ਤਾਂ $1,000 ਤੁਸੀਂ ਟਰੱਕ ਦੀ ਰਿਪੇਅਰ ਕੱਢੀ ਜਾਓ ਮਹੀਨੇ ਦੀ ਉਹ ਕਈ ਵਾਰੀ ਤਾਂ ਇਕੱਠੇ ਪੈਸੇ ਲੱਗ ਜਾਂਦੇ ਕਈ ਵਾਰੀ ਦੋ ਦੋ ਤਿੰਨ ਤਿੰਨ ਚਾਰ ਚਾਰ ਮਹੀਨੇ ਟਰੱਕ ਨੂੰ ਕੁਛ ਹੁੰਦਾ ਵੀ ਨਹੀਂ ਗਾ ਇੱਕ ਚੀਜ਼ ਹੋਰ ਜੇ ਹੁਣ ਤੁਸੀਂ 6 ਦਿਨ ਕੰਮ ਕਰੋਗੇ ਤਾਂ ਉਵੇਂ ਤੁਹਾਡੇ ਪੈਸੇ ਵੱਧ ਜਾਣਗੇ ਸੋ ਜਿਹੜਾ ਟਰੱਕ ਐਜ਼ ਓਨਰ ਆਪਰੇਟਰ ਬੰਦਾ ਕੰਮ ਕਰਦਾ ਨਾ ਉਹਦੀ ਜਿਹੜੀ ਪੇ ਵੈਰੀ ਕਰਦੀ ਹੈ $8,000 ਤੋਂ ਲੈ ਕੇ $12,000 to $13,000 ਤੱਕ ਵੀ ਕਿੰਨਾ ਜ਼ਿਆਦਾ ਤੁਸੀਂ ਕੰਮ ਕਰਦੇ ਹੋ ਉਨੇ ਤੁਹਾਨੂੰ ਪੇ ਵੱਧ ਮਿਲੂਗੀ ਅਤੇ ਕੰਪਨੀ ਮੈਟਰ ਕਰਦੀ ਹੈ ਵੀ ਤੁਸੀਂ ਕਿਸ ਕੰਪਨੀ ਦੇ ਵਿੱਚ ਟਰੱਕ ਪਾਇਆ ਕਿਉਂਕਿ ਲੋਡਾਂ ਦੇ ਰੇਟ ਜੇ ਸਹੀ ਨਹੀਂ ਗਏ ਤਾਂ ਫਿਰ ਤੁਹਾਨੂੰ ਪੈਸੇ ਨਹੀਂ ਬਣਨੇ ਅਤੇ ਹੁਣ ਮੈਂ ਗੱਲ ਕਰਦਾ ਨਵੇਂ ਟਰੱਕ ਦੀ ਜਿਹੜਾ ਲੋਕਲ ਕੰਮ ਹੁੰਦਾ ਲੋਕਲ ਕੰਮ ਦੇ ਵਿੱਚ ਨਵੇਂ ਟਰੱਕ ਨਹੀਂ ਪੁੱਗਦੇ ਕਿਉਂਕਿ ਲੋਕਲ ਇੰਨੇ ਪੈਸੇ ਨਹੀਂ ਬਣਦੇ ਹੈ ਨਾ ਜੇ ਤੁਸੀਂ ਲੌਂਗ 'ਤੇ ਕੰਮ ਕਰਨਾ ਫਿਰ ਤੁਹਾਨੂੰ ਨਵਾਂ ਟਰੱਕ ਲੈਣਾ ਪੈਂਦਾ ਅਤੇ ਨਵੇਂ ਟਰੱਕ ਦੀ ਜਿਹੜੀ ਕਿਸ਼ਤ ਹੁੰਦੀ ਆ ਬਾਹਲਾ ਨਹੀਂ ਤਾਂ ਘੱਟੋ ਘੱਟ $3,000-3,500 ਹੁੰਦੀ ਆ ਅਤੇ ਉਹ ਹਰੇਕ ਮਹੀਨੇ ਤੁਹਾਡੇ ਟਰੱਕ 'ਚੋਂ ਜਾਣੇ ਪੈਸੇ ਅਤੇ ਪਰ ਜਿਹੜੇ ਬੰਦੇ ਲੌਂਗ 'ਤੇ ਕਰਦੇ ਉਹਨਾਂ ਨੂੰ $12,000 ਬਚੀ ਜਾਂਦਾ ਟਰੱਕ ਦੀ ਕਿਸ਼ਤ ਕੱਢ ਕੇ ਅਤੇ ਆਪਣਾ ਖਰਚਾ ਪਾਣੀ ਜਿੰਨਾ ਵੀ ਹੁੰਦਾ ਟਰੱਕ ਦੀ ਰਿਪੇਅਰ ਤਾਂ ਨਿਕਲਦੀ ਨਹੀਂ ਨਵੇਂ ਟਰੱਕ ਦੇ ਵਿੱਚ ਅਤੇ ਜਿਹੜਾ ਤੇਲ ਪਾਣੀ ਹੁੰਦਾ ਕੱਢ ਕੇ ਤਾਂ ਉਹਨੂੰ $12,000 ਬਚੀ ਜਾਂਦਾ ਤੇਲ ਪਾਣੀ ਅਤੇ ਕਿਸ਼ਤ ਕੱਢ ਕੇ $12,000 ਤਾਂ ਬਚਦੇ $12,000-13,000 ਬਾਕੀ ਇਹ ਵੀ ਉਹੀ ਸੇਮ ਗੱਲ ਹੋ ਗਈ ਕੰਪਨੀ 'ਤੇ ਡਿਪੈਂਡ ਕਰਦਾ ਵੀ ਕੰਪਨੀ ਤੁਹਾਨੂੰ ਜਿਹੜੇ ਪਾਸੇ ਵੀ ਤੁਸੀਂ ਜਾਂਦੇ ਹੋ ਵੀ ਤੁਹਾਨੂੰ ਕਿੰਨਾ ਕੁ ਰੇਟ ਮਿਲਦਾ ਲੋਡਾਂ ਦਾ ਸੋ ਹੁਣ ਇਹ ਤੁਹਾਡੇ 'ਤੇ ਆ ਵੀ ਤੁਸੀਂ ਨਵਾਂ ਟਰੱਕ ਲੈਣਾ ਕਿ ਤੁਸੀਂ ਪੁਰਾਣਾ ਟਰੱਕ ਲੈ ਕੇ ਲੋਕਲ ਕੰਮ ਕਰਨਾ ਜੇ ਤੁਸੀਂ ਲੋਕਲ ਕੰਮ ਕਰਨਾ ਤਾਂ ਮੈਂ ਤੁਹਾਨੂੰ ਇੱਕ ਸੁਜੈਸ਼ਨ ਇਹੀ ਦਊਂਗਾ ਵੀ ਤੁਸੀਂ ਪੁਰਾਣਾ ਟਰੱਕ ਲਓ ਅਤੇ ਉਹਦੇ ਉਦੋਂ ਬਾਅਦ ਲੈ ਕੇ ਉਹਦੇ ਉੱਤੇ ਪੈਸੇ ਲਾਓ ਪੈਸੇ ਲਾ ਕੇ ਫਿਰ ਤੁਹਾਡਾ ਟਰੱਕ ਹੌਲੀ 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 ਜਿਵੇਂ ਜਿਵੇਂ ਰਿਪੇਅਰ ਨਿਕਲੀ ਆਉਂਦੀ ਉਵੇਂ ਉਹਦੇ 'ਤੇ ਪੈਸੇ ਲਾਈ ਜਾਓ ਨਾਲੇ ਕੰਮ ਕਰੀ ਜਾਓ ਤੁਹਾਡਾ ਵਧੀਆ ਸਾਲ ਦੇ ਵਿੱਚ ਟਰੱਕ ਬਹੁਤ ਜ਼ਿਆਦਾ ਸੋਹਣਾ ਬਣ ਜੂਗਾ ਅਤੇ ਫਿਰ ਮੁੜ ਕੇ ਖਰਚਾ ਨਹੀਂ ਹੁੰਦਾ ਟਰੱਕਾਂ ਨੂੰ ਜੇ ਤੁਸੀਂ ਲੌਂਗ 'ਤੇ ਚਲਾਉਣਾ ਤਾਂ ਫਿਰ ਨਵਾਂ ਟਰੱਕ ਲੈ ਲਓ ਅਤੇ ਉਹ ਵੀ ਵਧੀਆ ਰਹਿੰਦਾ ਕੋਈ ਰਿਪੇਅਰ ਨਹੀਂ ਨਿਕਲਦੀ ਟਰੱਕ ਦੀ ਤਾਂ ਪੈਸੇ ਵੀ ਤੁਹਾਨੂੰ ਸੋਹਣੇ ਬਣੀ ਜਾਂਦੇ ਜੇ ਤੁਸੀਂ ਲੌਂਗ 'ਤੇ ਰਹੋਗੇ ਉਹੀ ਤੁਸੀਂ ਲੋਕਲ ਨਾਲੋਂ $3,000-4,000 ਵੱਧ ਬਣਾ ਲਉਂਗੇ ਅਤੇ ਆਹ ਸੀ ਜੀ ਓਨਰ ਆਪਰੇਟਰ ਦੀ ਕਮਾਈ ਜਿਹੜੀ ਮੈਂ ਤੁਹਾਨੂੰ ਦੱਸੀ ਆ $8,000-13,000 ਤੱਕ ਵੀਰੀ ਕਰਦੀ ਆ ਉਹੀ ਗੱਲ ਆ ਜਾਂਦੀ ਵੀ ਤੁਸੀਂ ਕੰਮ ਕਿੰਨਾ ਕਰਨਾ ਜੇ ਤੁਸੀਂ ਕੰਮ ਕਰਨ ਵਾਲੇ ਬੰਦੇ ਹੋ ਤੁਸੀਂ ਬਹੁਤ ਪੈਸੇ ਬਣਾਓਗੇ ਜੇ ਤੁਸੀਂ ਬਾਹਲਾ ਕੰਮ ਨਹੀਂ ਕਰਨਾ ਤੁਸੀਂ ਰਿਲੈਕਸ ਜਾ ਰਹਿਣਾ ਤਾਂ ਤੁਹਾਨੂੰ $7,500 ਤੋਂ ਲੈ ਕੇ $8,000 ਬਣੀ ਜਾਊਗਾ ਅਤੇ ਪਰ ਇਹਦੇ ਵਿੱਚ ਇਹ ਹੋਊਗਾ ਵੀ ਤੁਹਾਨੂੰ 20 ਦਿਨ ਕੰਮ ਕਰਨਾ ਪਊਗਾ ਜੇ ਤੁਸੀਂ 20 ਦਿਨਾਂ 'ਚੋਂ ਵੀ 10 ਦਿਨ ਨਾ ਗਏ ਫਿਰ ਤੁਹਾਨੂੰ ਕੁਛ ਨਹੀਂ ਬਣਨਾ ਫਿਰ ਆਪਾਂ ਟਰੱਕ ਨਾ ਹੀ ਲਈਏ ਫਿਰ ਆਪਾਂ ਡਰਾਈਵਰੀ ਹੀ ਕਰੀਏ ਕਿਉਂਕਿ ਜੇ ਆਪਾਂ 20 ਦਿਨਾਂ 'ਚ ਜੇ 10 ਦਿਨ ਹੀ ਜਾਣਾ ਤਾਂ 10 ਦਿਨਾਂ ਦੇ ਵਿੱਚ ਕੋਈ ਰਿਪੇਅਰ ਨਿਕਲੇ ਹੀ ਤਾਂ ਜਿਹੜਾ ਤੁਹਾਡਾ ਚੈੱਕ ਮਨ ਉਹ ਤੁਹਾਡੀ ਰਿਪੇਅਰ ਦੇ ਵਿੱਚ ਹੀ ਨਿਕਲ ਜਾਣਾ ਸੋ ਜੇ ਤੁਸੀਂ ਟਰੱਕ ਲੈਣਾ ਤੁਹਾਨੂੰ ਹੈਵ ਟੂ ਕੰਮ ਕਰਨਾ ਪੈਣਾ ਅਤੇ ਜਿਹੜੇ ਫਿਰ ਕੰਮ 'ਚੋਂ ਪੈਸੇ ਆਉਣਗੇ ਉਹ ਆਪਦਾ ਮਾੜਾ ਮੋਟਾ ਟਰੱਕ 'ਤੇ ਕੰਮ ਕਰਾਉਂਦੇ ਰਿਹਾ ਕਰੋ ਹੁਣ ਸੋ ਉਮੀਦ ਕਰਾਂ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਜੇ ਤੁਹਾਡੇ ਹੋਰ ਵੀ ਕੁਐਸਚਨ ਹੈਗੇ ਆ ਇਸ ਚੀਜ਼ ਦੇ ਰਿਲੇਟਡ ਆਪਾਂ ਉਹਨੂੰ ਵੀ ਇਲੈਬੋਰੇਟ ਕਰਕੇ ਤੁਹਾਨੂੰ ਸਮਝਾ ਦਾਂਗੇ ਧੰਨਵਾਦ ਸਾਰਿਆਂ ਨੂੰ